Hi everyone welcome to learn with me so acha pakrange Punjab GK most important MCQ part 3 do part already ban chuke ne Punjab GK de ye MCQ series jo hai PPSC layi chal rahi hai tose mere channel te visit karo polity modern history current affairs sab de MCQ farnu PPSC level de bilkul free of cost karwaye ja rahe ne first question chunkar aaj hame hilate dar gujast हलाल अस्त बर्डन बेषम शेर दस्त दिस वर्स इज़ अ पार्ट ऑफ विच वर्क बाय गुरु गोबिंद सिंह जी यन जो है पी पी एस सी पी सी एस दो हज़ार अठारह चया से मैं पहले भी कहा कि मैं पी पी एस सी भी प्रीवियस ईयर पाऊँगी डायरक्ट आ जाते ने ठीक है चांसिस हो जाते हैं जो लाइनस ने इन मैं सही तरह प्रनाउंस नहीं कर पाई सॉरी अगर बोलन गलती होगी तो ठीक है यो ਪਾਟ ਮਤਲਬ ਇਹ ਜੋ ਚੀਜ਼ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਵਰਕ ਦੇ ਨਾਲ ਰਿਲੇਟਡ ਹੈ ਇਹਦਾ ਆਨਸਰ ਆਊਗਾ অপਸ਼ਨ B ਜਫਰਨਾਮਾ ਠੀਕ ਹੈ ਨੈਕਸਟ ਕੁਐਸ਼ਨ ਦੀ ਤਰਫ ਚਲਦੇ ਆ ਨੈਕਸਟ ਕੁਐਸ਼ਨ ਹੈ ਐਟੀ ਮਾਰ ਪਈ ਗੁਰਲਾਨੇ ਤੈ ਕੀ ਦਰਦ ਨਾ ਆਇਆ ਵਾਸ ਰਿਟਨ ਬਾਈ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਜੀ ਆਫਟਰ ਦਾ ਇਨਵੇਸ਼ਨ ਬਾਈ ਇਹ ਜੋ ਲਾਈਨ ਸਿ ਗੁਰੂ ਨਾਨਕ ਦੇਵ ਜੀ ਨੇ ਰਿਟਰਨ ਕੀਤੀਆਂ ਸੀ ਕਿੰਦੇ ਇਨਵੇਜਨ ਤੋਂ ਬਾਅਦ ਹੋਮਾਈਉ ਬਾਬਰ ਗਜਨੀ ਅਮਰ ਸ਼ਾਹ ਦਾਲੀ ਇਹਦਾ ਆਨਸਰ ਆਊਗਾ ਆਪਸ਼ਨ ਬੀ ਇਹ ਵੀ ਪੀ ਪੀਐਸਸੀ ਪੀਸੀਐਸ 2018 ਚ ਆਇਆ ਹੋਇਆ ਹੈ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਹੈ ਦਾ ਗਦਰ ਵਾਸ ਅ ਦੇਖੋ ਇਹ ਜੋ ਕੁਐਸਚਨ ਹੈ ਪੀਬੀਐਸਸੀ ਕੋਆਪਰੇਟਿਵ ਇਨਸਪੈਕਟਰ ਚ ਆਇਆ ਹੋਇਆ ਤੁਸੀਂ ਦੱਸਣਾ ਹੈ ਗਦਰ ਮੂਵਮੈਂਟ ਨੂੰ ਚਲਾਉਣ ਦਾ ਮਕਸਦ ਕੀ ਸੀ ਗਦਰ ਮੂਵਮੈਂਟ ਕਦੋਂ ਚੱਲਿਆ ਠੀਕ ਹੈ पार्टीसपेट जिन्ना करोगे और जिन्ना आंसर दोगे थोड़ी तो नॉलेज जो है बहुत ज़्यादा इंक्रीज होगी आंसर है ऑप्शन ए रिवोल्यूशनरी एसोसीएशन ऑफ इंडियन विद हैडक्वाटर एंड सैन फ्रांसिस्को ठीक है ये जो भी मैं क्वेश्चन पूछे ने उन्हें आंसर नीचे देना और एक क्वेश्चन रहा है सैन फ्रांसिस्को सॉरी कितने है ठीक है नेक्स्ट क्वेश्चन ਨੈਕਸਟ ਕੁਐਸਚਨ ਹੈ ਅਬਾਊਟ ਭਗਤ ਸਿੰਘ ਠੀਕ ਹੈ ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟru ਅਬਾਊਟ ਸ਼ਹੀਦ ਭਗਤ 아이ਗਾ ਤੇ ਭਗਤੀ ਆ ਗਿਆ ਭਗਤ ਸਿੰਘ ਜੀ ਜੋ ਭਗਤ ਸਿੰਘ ਜੀ ਸੀ ਸ਼ਹੀਦ ਭਗਤ ਸਿੰਘ ਉਹਨਾਂ ਦਾ ਜਨਮ ਜੋ ਸੀ 27 ਸੈਪਟੈਂਬਰ 1907 ਨੂੰ ਹੋਇਆ ਸੀ ਸੰਧੂ ਜਾਟ ਫੈਮਲੀ ਦੇ ਅੰਦਰ ਐਟ ਬੰਗਾ ਜੋ ਕਿ ਲਿਆਲਪੁਰ ਡਿਸਟ੍ਰਿਕਟ ਦੇ ਅੰਦਰ ਹੈ ਨਾ ਹੁਣ ਪਾਕਿਸਤਾਨ ਦੇ ਅੰਦਰ ਹੈ ਠੀਕ ਹੈ ਹੋਰ ਉਨੇ ਪੁੱਛਿਆ ਵਿਚ ਵਨ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟru ਬਾਊਟ ਸ਼ਹੀਦ ਭਗਤ ਸਿੰਘ ਅਰਥਾ ਕਿ ਕਿਹੜੀ ਸਟੇਟਮੈਂਟ ਹੈ ਜਿਹੜੀ ਸਹੀ ਨਹੀਂ ਹੈ ਇੱਕ ਇੱਕ ਕਰਕੇ ਪੜਦੇ ਹਾਂ ਜੀ ਪਹਿਲੀ ਇਹ ਹੀ ਵਾਸ ਮੈਂਬਰ ਆਫ ਐਚ ਆਰਏ ਹਿੰਦੁਸਤਾਨੀ ਪਬਲਿਕਨ ਐਸੋਸੀਏਸ਼ਨ ਬਿਲਕੁਲ ਸਹੀ ਹੈ ਇਹ ਮੈਂਬਰ ਸੀ ਐਚ ਆਰਏ ਦੇ ਐਚ ਆਰਏ ਜੋ ਕਿ 1924 ਚ ਬਣੀ ਸੀ ਔਰ ਉਹਦਾ ਨਾਮ ਬਦਲ ਕੇ ਐਚ ਐਸ ਆਰਏ ਹੋ ਗਿਆ ਸੀ 1928 ਦੇ ਅੰਦਰ हिंदुस्तान हिंदुस्तान सोशलिस्टिक रिपब्लिकन एसोसिएशन हो गया ਸੀ बी पॉइंट जो है ए ਤਾਂ ਸਹੀ ਹੈ ਬੀ ਹੀ ਜੁਆਇਨ ਕੀਤੀ ਕਿਸਾਨ ਪਾਰਟੀ ਬਿਲਕੁਲ ਸਹੀ ਹੈ ਐਨ ਨਹੀਂ ਜੁਆਇਨ ਕੀਤੀ ਸੀ ਕਿਰਤੀ ਕਿਸਾਨ ਪਾਰਟੀ ਠੀਕ ਹੈ ਜੋ ਕਿ ਸੋਨ ਸਿੰਘ ਜੋਸ਼ ਤੇ ਸੰਤੋਖ ਸਿੰਘ ਦੀ ਸੀ ਓਕੇ ਨੈਕਸਟ ਹੈ ਹੀ ਫਾਰਮਡ ਪੰਜਾਬ ਨੌਜਵਾਨ ਸਭਾ ਇਨ ਮਾਰਚ 1927 ਇਹ ਗਲਤ ਹੈ 1927 ਨਹੀਂ ਆਏਗਾ 1926 ਆਏਗਾ ਇਹ ਹਮੇਸ਼ਾ ਯਾਦ ਰੱਖਣਾ ਹੈ ਤੁਸੀਂ ਇੱਕ ਇੱਕ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ ਬਹੁਤ ਇੰਪੋਰਟੈਂਟ ਹੈ ਅਗਲਾ ਹੈ ਡੀ ਡੀ ਹੈ ਭਗਤ ਸਿੰਘ ਅਸੈਸੀਨੇਟਡ ਸੌਂਡਸ ਐਂਡ ਅਸਿਸਟੈਂਟ ਸੁਪਰੀਟੈਂਡੈਂਟ ਆਫ ਪੁਲਿਸ ਇਹ ਬਿਲਕੁਲ ਸਹੀ ਹੈ ਜੋ ਭਗਤ ਸਿੰਘ ਸੀ ਠੀਕ ਹੈ ਉਹਨਾਂ ਨੇ ਕੀ ਕੀਤਾ ਸੀ ਨਾ 1928 ਦੇ ਅੰਦਰ ਮਾਰਨਾ ਕਿਨੂੰ ਸੀ ਸਕੋਰਟ ਨੂੰ ਠੀਕ ਹੈ ਜੋ ਕਿ ਸੁਪਰੀਨਟੈਂਡੈਂਟ ਸੀ ਪੁਲਿਸ ਸੁਪਰੀਨਟੈਂਡੈਂਟ ਆਫ ਪੁਲਿਸ ਸੀ ਬਟ ਗਲਤੀ ਨਾਲ ਮਾਰਕੋਂ ਗਿਆ ਸੀ ਸੌਂਦਰ ਮਾਰ ਗਿਆ ਸੀ ਜੋ ਕਿ ਅਸਿਸਟੈਂਟ ਸੁਪਰੀਨਟੈਂਡੈਂਟ ਆਫ ਪੁਲਿਸ ਸੀ ਓਕੇ ਭਗਤ ਸਿੰਘ ਦੇ ਨਾਲ ਇੱਕ ਚੀਜ਼ ਹੋਰ ਵੀ ਜੁੜੀ ਹੋਈ ਹੈ ਦਸੰਬਰ 1928 ਦੇ ਅੰਦਰ ਆ ਵਾਲਾ ਕੇਸ ਹੋ ਗਿਆ ਸੀ ਠੀਕ ਹੈ ਜਦੋਂ ਉਹਨਾਂ ਨੇ ਸੌਂਦਰ ਨੂੰ ਮਾਰਤਾ ਸੀ ਫਿਰ ਕੀ ਹੁੰਦਾ ਹੈ 1929 ਦੇ ਅੰਦਰ April 1929 ਦੇ ਅੰਦਰ ਭਗਤ ਸਿੰਘ ਔਰ ਬਾਤੂ ਕੇਸ਼ਵਰ ਦੱਤ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਦੇ ਅੰਦਰ ਬੋਮਬ ਸੱਟਦਾ ਸੀ ਪਬਲਿਕ ਸੇਫਟੀ ਬਿਲ ਦੇ ਅਗੇਂਸਟ ਓਕੇ ਸੋ ਭਗਤ ਸਿੰਘ ਦੇ ਨਾਲ ਜੁੜੇ ਜਿੰਨੇ ਵੀ ਫੈਕਟ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਓਕੇ ਚਲੋ ਜੀ ਇਹ ਹੀ ਸੀ ਕੁਐਸਚਨਸ ਐਂਡ ਮੈਂ ਤੁਹਾਨੂੰ ਐਂਡ ਤੇ ਗੱਲ ਕਹਿਣਾ ਚਾਹੂੰਗੀ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ तु अगर शेयर करोगे दूसरे बच्चे देख गे और मेरे लिए मोटिवेशन है अगर मैं थोड़ा एक फ्री कंटेंट दे रही हूँ बहुत मेहनत लगती है पी पी टी बनाना एनू बना बनान मकसद सिर्फ यही है कि स्टूडेंट्स की मदद हो सके स्टूडेंट्स एक हाई लैवल जीके कवर नहीं कर पाते इस करके कोर्स चलाया गया और स्टूडेंट्स जो ने हर कोई पेड़ नहीं खरीद सकता उन्होंने वास्ते चलाया गया फ्री ताकि सब की मदद हो सके ठीक है ਉਰਧਾ ਨਾਲ ਤੁਹਾਨੂੰ ਐਕਸਪਲੇਨੇਸ਼ਨ ਵੀ ਦੱਸੀ ਜਾ ਰਹੀ ਹੈ ਤੁਸੀਂ ਜਿਆਦਾ ਤੋਂ ਜਿਆਦਾ ਇਸ ਵੀਡੀਓਸ ਨੂੰ ਸ਼ੇਅਰ ਕਰੋ ਤੁਸੀਂ ਸ਼ੇਅਰ ਕਰੋਗੇ ਹੋਰ ਬੱਚੇ ਜੁੜਨਗੇ ਕੁਐਸਚਨ ਇਨਕਰੀਜ਼ ਹੋ ਜਾਣਗੇ ਆਈ ਹੋਪ ਤੁਸੀਂ ਇਹ ਗੱਲ ਨੂੰ ਸਮਝੋਗੇ ਅੱਛਾ ਜ਼ਿੰਦਗੀ ਚ ਕਦੇ ਇਹ ਨਾ ਸੋਚੋ ਕਿ ਮੈਂ ਦੂਸਰੇ ਨੂੰ ਸ਼ੇਅਰ ਕਰੂੰਗਾ ਤਾਂ ਉਹਦਾ ਤਾਂ ਹੋ ਜਾਊਗਾ ਮੈਂ ਇਹ ਗੱਲ ਪਹਿਲੇ ਵੀ ਕਹੀ ਸੀ ਬਟ ਮੈਂ ਰਿਪੀਟ ਕਰ ਰਹੀ ਹਾਂ ਦੇਖੋ ਕਰ ਬਲਾ ਹੋ ਬਲਾ ਜੋ ਤੁਹਾਡੀ ਡੈਸਟੀਨੀ ਚ ਲਿਖਿਆ ਨਾ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਜੋ ਐਸ ਅ ਨਾ ਸੋਚਿਆ ਕਰੋ ਓਕੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਐਂਡ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਕੁਐਸ਼ਨ ਇਨਕਰੀਜ਼ ਹੋ ਜਾਣਗੇ ਤੁਸੀਂ ਸ਼ੇਅਰ ਕਰੋ ਤੁਹਾਡਾ ਕੰਮ ਸਿਰਫ ਸ਼ੇਅਰ ਕਰਨਾ ਹੈ ਤੁਹਾਨੂੰ ਤਾਂ ਫ੍ਰੀ ਕੰਟੈਂਟ ਮਿਲ ਰਿਹਾ ਹੈ ਨਾ ਮੋਟਿਵ ਸਟੂਡੈਂਟਸ ਦੀ ਮਦਦ ਕਰਨਾ ਹੈ ਬਹੁਤ سارے ਬੱਚੇ ਨੇ ਜੋ ਨਹੀਂ ਕਰ ਪਾਉਂਦੇ ਐਨਾ ਲੈਵਲ ਕਵਰ ਇੱਕ ਡਾਇਰੈਕਸ਼ਨ ਮਿਲ ਜਾਂਦੀ ਹੈ Thank you for watching this. Mildeya next video.